वाहिगुरु साहेब जी, एक ओंकार सतनाम करता पुरख निर्भउ निर्वैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच यहो संसार बेकार सहसे मह तरयो ब्रह्म ज्ञानी जिसे जगाए पियावे एह रस अकथ कथा तिन जानी जा कौ आए सोई बिहाज हर गुरते मन है बसेरा निज घर महल पाव सुख सहजे बाहुर न होए गो फेरा परम सत्कार योग गुरु प्यारी गुरु सवारी सात संगत जीओ धन धन सतगुरु साहिब श्री गुरु ग्रंथ साहिब महाराज जी की पावन गोरवे सज के पूर्ण महापुरख ब्रह्म ज्ञानी तत् बेते नाम बाणी दे रसीए जप तप दी मूरत श्री मान संत बाबा हरि सिंह जी महापुरखां दे पुत्र याद में इकत्र होए हां जिन्हां महापुरखां ने सारी जिंदगी भर जो धन गुरु नानक देव जी महाराज जी का पावन पवित्र उपदेश है जेड़ा कि हर एक सिख माई भाई कमाउण दी कोशिश करदा है ਉਹ ਉਪਦੇਸ਼ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਬਚਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਦੁਆਰਾ ਜੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਵਾਲਾ ਆਪਣਾ ਜੀਵਨ ਬਤੀਤ ਕੀਤਾ ਉਹਨਾਂ ਮਹਾਨ ਮਹਾਂਪੁਰਖਾਂ ਦੀ ਯਾਦ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਸੱਜ ਕੇ ਪਵਿੱਤਰ ਯਾਦਾਂ ਮਨਾ ਰਹੇ ਹਾਂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਝੁਕਾਓ ਸੀਸ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ ਜਿਹੜੇ ਸਾਡੇ ਸੰਸਾਰ ਨੂੰ ਔਰ ਇਹਨਾਂ ਜੀਵਾਂ ਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ ਸੋ ਇਹਨੂੰ ਸੰਸਾਰ ਵੀ ਕਿਹਾ ਗਿਆ ਹੈ ਦੁਨੀਆਂ ਵੀ ਕਿਹਾ ਗਿਆ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਸੰਸਾਰ ਨੂੰ ਤਾਂ ਕਿਹਾ ਗਿਆ ਹੈ ਕਿ ਸੰਸਿਆਂ ਦੇ ਨਾਲ ਭਰਿਆ ਹੋਇਆ ਦੁਬਧਾ ਦੇ ਨਾਲ ਭਰਿਆ ਹੋਇਆ ਭਰਮ ਵਿੱਚ ਭਰਿਆ ਹੋਇਆ ਹੈ ਪਰ ਇਹ ਸੰਸਾਰ ਸਮੁੰਦਰ ਤੋਂ ਉਹ ਤਰਦਾ ਜਿਹੜਾ ਬ੍ਰਹਮ ਗਿਆਨੀ ਹੈ ਜਿਹਨੇ ਉਸ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਜਿਹੜਾ ਇੱਕ ਉੱਪਰ ਆਪਣਾ ਓਟ ਆਸਰਾ ਰੱਖਦਾ ਹੈ ਜਿਹੜਾ ਸਮਝ ਲੈਂਦਾ ਏਕ ਪਿਤਾ ਏਕ ਸਕੇ ਹਮਵਾਰਕ ਤੂੰ ਮੇਰਾ ਗੁਰਹਾਈ ਇੱਕੋ ਪਿਤਾ ਕਾਲ ਪੁਰਖ ਵਾਹਿਗੁਰੂ ਹੈ ਜਿਹਦਾ ਜਿਹੜਾ ਉਹਦਾ ਬਣ ਜਾਂਦਾ ਹੈ ਉਹਦੇ ਤੇ ਵਾਹਿਗੁਰੂ ਕਿਰਪਾ ਕਰ ਦਿੰਦਾ
क्योंकि कहिंदे संत साईं दे लाडले संत साईं दे पूत संत ना होते जगत वह विधाता जाता ऊत कहिंदे जेड़े संत ने महापुरखे संत ने ए परमेश्वर दे लाडले पुत्र ने पर कहिंदे संत साधु ना होंदे ते रब ने भी औंतरा नखत्रा ही चले जाना सी रह जाना सी और वह वाहिगुरु कृपा कर दिंदा है सो संतां कोल आण के करना की चाहिए कोई गल्लां करनियां चाहिए कोई दुनियावी बातां करनियां चाहिए सच्चे पातशाह महाराज गुरबाणी विच कहिंदे संत जना मिल हर जस गायो कोट जन्म के दूख गवायो जो चाहत सोई मत पायो कर कृपा हर नाम दिवायो सर्व सुख हर नाम बताई गुर प्रसाद नानक मत पाई कहिंदे संतां कोल जाके उस परमेश्वर दे गुण गायन करने चाहिए है सिमर भजन करना चाहिए है सिमर भजन सुनना चाहिए है ਇਹ ਨਹੀਂ ਕਿ ਆਪਣੀ ਮਾਤੀ ਜਿਹੜੀ ਅੱਗੇ ਰੱਖੀ ਰੱਖਣੀ ਹੈ ਬਾਬਾ ਜੀ ਮੈਂ ਬੜਾ ਵੱਡਾ ਹਾਂ ਮੇਰੇ 'ਚ ਬੜੇ ਬੜੇ ਗੁਣ ਹੈ ਬੜੀ ਮੈਂ ਸੇਵਾ ਕੀਤੀ ਬੜਾ ਸਿਮਰਨ ਕੀਤਾ ਜਦੋਂ ਮੈਂ ਆ ਜਾਂਦੀ ਸਾਰਾ ਕੁਝ ਹੀ ਖੋ ਜਾਂਦਾ ਸੋ ਗੁਰਮੁਖ ਪਿਆਰਿਓ ਅੱਜ ਉਹਨਾਂ ਮਹਾਨ ਮਹਾਂਪੁਰਖਾਂ ਦੀ ਯਾਦ ਮਨਾ ਰਹੇ ਜਿਨ੍ਹਾਂ ਆਪਣਾ ਜੀਵਨ ਸ਼੍ਰੀ ਗੁਰੂ ਗ੍ਰੰਥ ਅਤੇ ਪੰਥ ਨੂੰ ਸਮਰਪਿਤ ਕਰ ਦਿੱਤਾ ਉਹ ਸੰਸਾਰ ਤੋਂ ਕਈ ਗਏ ਨਹੀਂ ਹਨ ਉਹ ਸੰਸਾਰ ਤੇ ਅੱਜ ਵੀ ਵਿਚਰਦੇ ਉਹਨਾਂ ਦੇ ਜੀਵਨ ਤੋਂ ਅਨੇਕਾਂ ਪ੍ਰਾਣੀਆਂ ਸੇਧ ਲੈ ਕੇ ਇਹ ਸੰਸਾਰ ਭਵਜਲ ਤੋਂ ਤਰ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗ ਜਾਂਦੇ ਆ ਏਡੀ ਵੱਡੀ ਬਖਸ਼ਿਸ਼ ਹੋ ਜਾਂਦੀ ਹੈ ਗੁਰਮੁਖ ਪਿਆਰਿਓ ਗੱਲ ਚੱਲ ਰਹੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਰਾਜ ਭਾਗ ਬਹੁਤ ਮੁਸ਼ਕਲ ਹੈ ਇਹੋ ਜਿਹਾ ਬੜਾ ਰਾਜਾ ਜਪਤਾ ਵਾਲਾ ਗੁਰੂ ਦੇ ਭਾਉ ਭਗਤੀ ਵਾਲਾ ਪਰਮੇਸ਼ੁਰ ਦੇ ਡਰ ਵਾਲਾ ਸਾਧ ਸੰਗਤ ਜੀ ਗਲਤੀ ਹੋ ਗਈ ਤੇ ਪੰਜਾਂ ਪਿਆਰਿਆਂ ਨੇ ਹੁਕਮ ਕਰ ਦਿੱਤਾ ਕਿ ਜਿੰਨਾ ਚਿਰ ਮਹਾਰਾਜਾ ਤਖ਼ਤ ਸਾਹਿਬ ਤੇ ਆਣ ਕੇ ਪੇਸ਼ ਨਹੀਂ ਹੁੰਦਾ ਤਨਖਾਹ ਨਹੀਂ ਲਵਾ ਲੈਂਦਾ ਉਹਨਾਂ ਚਿਰ ਇਹਦੇ ਨਾਲ ਰੋਟੀ ਬੇਟੀ ਦੀ ਸਾਜ ਬੰਦ ਇਹਦੀ ਅੱਜ ਤੋਂ ਅਰਦਾਸ ਬੰਦ ਅਕਾਲੀ ਫੂਲਾ ਸਿੰਘ ਜੀ ਜਥੇਦਾਰ ਸਾਹਿਬ ਜਿਹੜੇ ਸੱਚੇ ਦੇ ਸੁੱਚੇ ਬਾਣੀ ਤੇ ਬਾਣੇ ਦੇ ਧਾਰਨੀ ਜਦੋਂ ਫਰਮਾਨ ਹੋ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਤੇ ਮਹਾਰਾਜੇ ਦੀ ਅਰਦਾਸਾਂ ਵੀ ਬੰਦ ਹੋ ਗਈਆਂ ਹਰਿਮੰਦਰ ਸਾਹਿਬ ਵਿੱਚ ਨਹੀਂ ਤੇ ਨਿੱਤਾ ਪ੍ਰਤੀ ਅਰਦਾਸ ਹੋਇਆ ਕਰਦੀ ਸੀ ਕੜਾ ਪ੍ਰਸ਼ਾਦੀ ਦੇਖ ਲਿਆ ਕੇ ਸੱਚੇ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਦੀ ਕਲਾ ਰੱਖਣੀ ਰਾਜ ਭਾਗ ਚੜ੍ਹਦੀ ਕਲਾ ਵਿੱਚ ਰਹੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਸਾਹਿਬ ਜੀ ਦਾ ਹੁਕਮ ਹੋਇਆ ਅਰਦਾਸ ਬੰਦ ਹੋ ਗਈ ਮਹਾਰਾਜੇ ਨੂੰ ਪਤਾ ਲੱਗਿਆ ਕਿ ਖਾਲਸੇ ਪੰਥ ਨੇ ਮੈਨੂੰ ਪੰਥ ਤੋਂ ਲਾਂਭੇ ਕਰ ਦਿੱਤਾ ਹੈ ਮਨ ਵਿੱਚ ਸੋਚਿਆ ਕਿ ਗੁਰੂ ਪੰਥ ਹੀ ਨਹੀਂ ਮੇਰੇ ਨਾਲ ਤੇ ਮੈਂ ਕੱਖ ਦਾ ਵੀ ਨਹੀਂ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਇਆ ਕਿਤੇ ਸਤਿਕਾਰ ਕੀ ਕਰਨਾ ਜਿੱਥੋਂ ਵੀ ਲੰਘਦਾ ਸੰਗਤਾਂ ਨੂੰ ਪਾਸੇ ਨੂੰ ਮੂੰਹ ਕਰ ਲੈਂਦੀਆਂ ਕਿ ਮਹਾਰਾਜਾ ਰਣਜੀਤ ਸਿੰਘ ਵੱਲ ਮੂੰਹ ਨਹੀਂ ਕਰਨਾ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋਇਆ ਸਿੰਘ ਸਾਹਿਬ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਤੁਸੀਂ ਆ ਗਲਤੀ ਕੀਤੀ ਹੈ ਤੁਹਾਨੂੰ ਸਜ਼ਾ ਲੱਗੇਗੀ ਤੁਹਾਨੂੰ ਕੋਟੜੇ ਮਾਰੇ ਜਾਣਗੇ ਬੰਨ ਕੇ ਜਾਣ ਸੋ ਇਸ ਦਰਖਤ ਦੇ ਨਾਲ ਇਮਲੀ ਦੇ ਦਰਖਤ ਦੇ ਨਾਲ ਸਾਸ ਜੋ ਇਮਲੀ ਦਾ ਦਰਖਤ ਸੀ ਨਾ 1984 ਦੇ ਵਿੱਚ ਉਹਦੇ ਵਿੱਚ ਬੰਬ ਵੱਜੇ ਤੇ ਸਾਧ ਸੰਗਤ ਜਿਹੜਾ ਬੰਬ ਦਰਖਤ ਸੀ ਉਹ ਸੜ ਕੇ ਸੁਆਹ ਗਿਆ ਅੱਧਾ ਪਾੜ ਗਿਆ ਸੀ ਮਗਰ ਉਹ ਸੁੱਕ ਗਿਆ ਦਾਸ ਨੇ ਕੁਝ ਆਪ ਦਰਸ਼ਨ ਕੀਤੇ ਕਿਉਂਕਿ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਰਿਹਾ ਕਰਦੇ ਸਨ ਤਾਂ ਅਸੀਂ ਉਹ ਤਖ਼ਤ ਸਾਹਿਬ ਦੇ ਰੋਜ਼ ਹੀ ਦਰਸ਼ਨ ਕਰਿਆ ਕਰਦੇ ਸਨ ਉਹ ਇਮਲੀ ਦੇ ਦਰਖਤ ਦੇ ਜਿਹਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਬੰਧਾ ਸੀ ਤੇ ਉਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਗਲ ਵਿੱਚ ਪੱਲਾ ਪਾਇਆ
अहंकार नहीं किया, अपमान नहीं किया कि मैं राजा हाँ। पल्ला पाके खड़ गया, कह लगा खालसा जी भुलन अंदर सब को अभुल गुरु करतार। खालसा जी इथे मेनू जेड़ी मर्जी सजा दे दियो पर अगे जाके मेनु सजा ना भुगतनी पवे। ते सतसंग जी महाराजा रणजीत सिंह नू बन रहे पंज प्यारे साहिबान, महाराजा रणजीत सिंह दी अखां विचों हंजू चल रहे हैं कि मना तो एडी वड्डी गलती कीती है अपनी जिंदगी भर दे विच। ता जदों सिंह साहब जी ने महाराजा रणजीत सिंह दी एडी वड्डी निम्रता देखी उदों हुक्म कर दिता कि खालसा जी नू वज्जियां वर्गे हो गए, इन्हें अपने आप नू महसूस कर लिया। इनू कहिंदे महाराजा रणजीत सिंह शेरे पंजाब इत्थे बस नहीं। कहिंदे है कि महाराजा रणजीत सिंह दा किसे सुनिया कि एक पारस है, एक माता दे कन्नां विच गल पै गई कि जिहड़ा पारस है उहदा सोना बना दिंदा लोहे नूं ही। महाराज रणजीत सिंह ने उधरों लंघना सी ते इक माता कहिंदे है तवा लै के, तवा रोटियां पकाउण वाला ना, उह लै के रस्ते विच खड़ गई ते सिपाही कहण लगे माता पासे हो जा। कहण लगे नहीं जी मैं महाराजा रणजीत सिंह दे दर्शन करने हैं। ते जदों महाराजा लागे आया बजुर्ग माता जाण के, ते माता ने पता की कीता जिहड़ा तवा सी ना उह महाराजे दे कपड़िआं नूं मलणा शुरू कर दित्ता, उहदे गिट्टिया गोडिया नूं मलना शुरू कर दिता। दौड़ के सिपाही होए, महाराजा जी कहन लगे कोई गल नहीं। कहन लगे माता तू आ की कर रही है? ते माता जी कहन लगे कि मैनूं पता लग्या कि महाराजा रणजीत सिंह पारस है ते मैं अपना तवा सोने दा बनाउणा चाहुंदी तां मैनूं घसाउणा शुरू कर दिता। ते महाराजा रणजीत सिंह कहन लगा खजानची नूं जाओ ये तवा लै जाओ, तवा तपे नूं लिजाके नाल ही सो तोड़ के जिन्ना भारा तवा उन्ना नूं सोना दे दिओ माता नूं। इहनूं कहिंदे महाराजा रणजीत सिंह। फिर कहिंदे महाराजा जी दे समें काल पै गया, एक बजुर्ग है बड़ा शरीर का कमजोर है, उन्हें पता लगा कि महाराजा जी ने अपने भंडार खोल दिते है, जिन्नी किसी नूं जरूरत है अन्न दाणा लै जाओ। ते उह बेचारा बजुर्ग पहुंचिया लालच विच आ गया, मन विच विचार कीती कि किते महाराजे दे किते दरवाजे फिर बंद ना हो जाण स्टोर, कुछ ज्यादा नाज पा लिया। साध संगत चकदा ते डिग पैंदा थले भार, महाराजा जी तक रहे। महाराजे ने अपने सिर ते परने दा मारिया मरासा ते दौड़ के हो गया, कहन लगा बाबा तेरे घर विच जिहड़ी पंड है ना मैं छड के आउणा। उह कहन लगा जवान पुत्तर फिर तां बहुत वड्डी गल होवेगी। महाराजा रणजीत सिंह ने जो कणक दी पंड सी ना अपने सिर ते चक्की ना चक्किया ते उस बजुर्ग दे घर विच गया ते नाल ही महाराजा रणजीत सिंह पुछ रिहा बाबा कि महाराजा रणजीत सिंह दा राज किहो जिहा, किहो जिहा राज है? ते बाबा कहन लगा महाराजा रणजीत सिंह नूं वाहिगुरू अल्लाह ओ परमेश्वर सदा ही उहदा राज भाग कायम रहे, बड़ा चंगा राजा है, बड़ा दानी राजा, बड़ा दयावान है, हर एक दे नाल ही प्यार करदा है। ते जदों जाके पंड लई दाणिया वाली ते तुर लगा महाराजा रणजीत सिंह, ते बजुर्ग कहन लगा पुत्रा अपना नाम तां दस जा तू कौन है? ते महाराजा रणजीत सिंह नूं सिर तों परना लाया, सिर दे उपर राजे दा ताज सी, कहन लगा बाबा मैं महाराजा रणजीत सिंह तुहाडा सेवक हां। बाबे दीआं अखां विचों अथरू भर आए, अखां भर आईआं,
कह लगा महाराजा जी एडा वड्डी कृपा एडी वड्डी निम्रता लिया पुत्रा मैं तेरे सिर दा उत्तों साफ कर दिया आ जिहड़ी पंड दे नाल तेरे उपर कट्टा लग गया तेरी दस्तार दे तेरे ताज ते ਤੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਬਾਬਾ ਜੇ ਪਰਜਾ ਹੀ ਨਾ ਰਹੀ ਤੇ ਤਾਜ ਨੂੰ ਮੈਂ ਕੀ ਕਰਨਾ ਕਹਿਣ ਲੱਗਾ ਜੇ ਪਰਜਾ ਹੀ ਨਾ ਰਹੀ ਤੇ ਤਾਜ ਨੂੰ ਕੀ ਕਰਨਾ ਬਾਬਾ ਉਸ ਵੇਲੇ ਉਹ ਬਾਬਾ ਬਜ਼ੁਰਗ ਕਹਿਣ ਲੱਗਾ ਮਹਾਰਾਜਾ ਜੀ ਮੈਨੂੰ ਮਾਫ਼ ਕਰ ਦੇਣਾ ਤੁਸੀਂ ਇੰਨਾ ਵੱਡਾ ਮੇਰੇ ਇਹਸਾਨ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਫੜਿਆ ਬਾਹ ਕਹਿਣ ਲੱਗਾ ਬਾਬਾ ਇੱਕ ਬੰਨੇ ਤੋਂ ਮੈਨੂੰ ਪੁੱਤਰ ਕਹਿ ਰਿਹਾ ਇੱਕ ਬੰਨੇ ਤੋਂ ਖਿਮਾ ਮੰਗ ਰਿਹਾ ਇਹ ਦੋ ਕੰਮ ਨਹੀਂ ਹੋ ਸਕਦੇ ਜੇ ਮੈਨੂੰ ਪੁੱਤਰ ਕਿਹਾ ਤੇ ਮੈਨੂੰ ਆਪਣਾ ਪੁੱਤਰ ਬਣਾ ਕੇ ਰੱਖ ਸਦਾ ਮੈਂ ਤੁਹਾਡੇ ਕੰਮ ਆਉਂਦਾ ਰਹਾਂਗਾ ਇਹਨੂੰ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਹਨੂੰ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਹਿੰਦੇ ਹੋਲੇ ਮਹੱਲੇ ਤੇ ਵਾਲੇ ਦਿਨ ਨਾ ਮਹਾਰਾਜਾ ਰਣਜੀਤ ਸਿੰਘ ਬਸੰਤ ਰਾਗ ਵਿੱਚ ਚੰਗੇ ਚੰਗੇ ਰਾਗੀ ਸੱਦਣੇ ਬੜਾ ਰਾਗ ਗਾਉਣੇ ਲਾਹੌਰ ਦੇ ਵਿੱਚ ਰਾਜ ਦਰਬਾਰ ਹੋਣਾ ਸਾਰੇ ਜਿੰਨੇ ਸਾਧੂ ਮਹਾਤਮਾ ਸਾਰੇ ਸਿੱਖ ਸੰਪਰਦਾਵਾਂ ਸੱਦਣੀਆਂ ਬੜਾ ਕਹਿੰਦੇ ਮਹਾਰਾਜ ਨੇ ਸਤਿਕਾਰ ਕਰਨਾ ਬਹੁਤ ਮਹਾਰਾਜੇ ਨੇ ਸਤਿਕਾਰ ਕਰਨਾ ਏਡਾ ਵੱਡਾ ਭਲੇ ਵਾਲਾ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਇੱਕ ਵਾਰੀ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਲਾਹੌਰ ਦੇ ਸਾਰੇ ਦਰਵਾਜ਼ੇ ਸਾਰੀਆਂ ਦੁਕਾਨਾਂ ਖੁੱਲੀਆਂ ਰਹਿਣ ਇੱਕ ਹਫ਼ਤਾ ਕਿਸੇ ਨੇ ਬੰਦ ਨਹੀਂ ਕਰਨੀਆਂ ਇੱਕ ਹਫ਼ਤਾ ਕਿਸੇ ਨੇ ਬੰਦ ਨਹੀਂ ਕਰਨੀਆਂ ਹੀਰਿਆਂ ਵਾਲੇ ਸੋਨੇ ਵਾਲੇ ਆ ਕੇ ਕਹਿਣ ਲੱਗੇ ਮਹਾਰਾਜਾ ਜੀ ਚੋਰੀ ਹੋ ਜਾਏਗੀ ਤੇ ਮਹਾਰਾਜਾ ਕਹਿਣ ਲੱਗਾ ਜੇ ਚੋਰੀ ਹੋਈ ਤੇ ਮੈਂ ਤੁਹਾਡਾ ਸੇਵਾਦਾਰ ਬੈਠਾ ਤੁਹਾਡਾ ਜਿੰਨਾ ਨੁਕਸਾਨ ਹੋਵਾਂਗਾ ਭਰਾਂਗਾ ਇਤਿਹਾਸ ਵਿੱਚ ਆਉਂਦਾ ਕਹਿੰਦੇ ਇੱਕ ਹਫ਼ਤਾ ਸੱਤ ਦਿਨ ਸਾਰੇ ਲਾਹੌਰ ਦੀਆਂ ਦੁਕਾਨਾਂ ਐਨ ਦਿਨ ਰਾਤ ਖੁੱਲੀਆਂ ਰਹੀਆਂ ਕਿਸੇ ਦੀ ਇੱਕ ਵੀ ਸੂਈ ਤੱਕ ਨਹੀਂ ਹਿੱਲਿਆ ਮਹਾਰਾਜਾ ਰਣਜੀਤ ਸਿੰਘ ਦਾ ਇਹੋ ਜਿਹਾ ਰਾਜਭਾਗ ਸੀ ਤੇ ਅੱਜ ਤੁਸੀਂ ਗੱਡੀ ਅੰਦਰ ਲਾ ਕੇ ਆਓ ਪਰ ਵਾਪਸ ਜਾਂਦਿਆਂ ਨੂੰ ਹੋਣੀ ਕਿ ਨਹੀਂ ਹੋਣੀ ਕੱਲ ਇੱਕ ਸਿੰਘ ਕਹਿਣ ਲੱਗਾ ਜੀ ਮੈਂ ਲੰਗਰ ਵਾਸਤੇ ਕਹਿੰਦਾ ਜੀ ਰਸਤ ਲੈਣ ਗਿਆ ਤੇ ਸਕੂਟਰ ਬਾਹਰ ਲਾਇਆ ਕਹਿੰਦਾ ਵੱਧ ਤੋਂ ਵੱਧ ਪੰਜ ਸੱਤ ਮਿੰਟ ਲੱਗੇ ਹੈ ਤੇ ਆਉਂਦਿਆਂ ਨੂੰ ਕਹਿੰਦਾ ਸਕੂਟਰ ਗਾਇਬ ਕਹਿੰਦਾ ਆਉਂਦਿਆਂ ਸਕੂਟਰ ਗਾਇਬ ਕਹਿੰਦਾ ਅੱਜ ਤੱਕ ਨਹੀਂ ਲੱਭਾ ਤਿੰਨ ਸਾਲ ਹੋ ਗਏ ਖਾਲਸਾ ਜੀ ਇਹ ਜਿਹੜੀਆਂ ਸਿੱਖ ਸੰਪਰਦਾਵਾਂ ਨਿਰਮਲੇ ਉਦਾਸੀਆਂ ਨਿਹੰਗ ਸਿੰਘ ਕਾਰ ਸੇਵਾ ਵਾਲੇ ਮਹਾਂਪੁਰਖ ਜਥੇਬੰਦੀਆਂ ਟਕਸਾਲਾਂ ਇੱਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਫੁਲਵਾੜੀ ਹੈ ਇਹ ਤਰ੍ਹਾਂ ਤਰ੍ਹਾਂ ਦੇ ਫੁੱਲ ਹੈ ਜਿੱਥੇ ਅਸੀਂ ਖੁਸ਼ਬੂ ਦਾ ਆਨੰਦ ਜਮਾਣ ਰਹੇ ਹਾਂ ਉਦਾਸੀਆਂ ਨਿਰਮਲੇ ਮਹਾਂਪੁਰਖਾਂ ਦੀ ਡਿਊਟੀ ਹੁੰਦੀ ਸੀ ਕਿ ਸਿੱਖੀ ਦਾ ਪ੍ਰਚਾਰ ਕਰਨਾ ਧਰਮ ਦਾ ਪ੍ਰਚਾਰ ਕਰਨਾ ਪਰ ਮਾਫ ਕਰਨਾ ਅੱਜ ਇਹਨਾਂ ਮਹਾਂਪੁਰਖਾਂ ਨੂੰ ਸਾਡੇ ਲੋਕਾਂ ਨੇ ਵਿਸਾਰ ਦਿੱਤਾ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਸਿੱਖਾਂ ਨੇ ਧਰਮ ਯੁੱਧ ਵਿੱਚ ਰਹਿਣਾ ਤੇ ਇਹਨਾਂ ਮਹਾਂਪੁਰਖਾਂ ਨੇ ਹਕੀਮੀ ਵੀ ਕਰਨੀ ਦਵਾਈਆਂ ਵੀ ਦੇਣੀਆਂ ਗੁਰੂ ਘਰਾਂ ਦੀਆਂ ਸੇਵਾਵਾਂ ਵੀ ਨਿਭਾਉਣੀਆਂ ਪੰਥ ਦਾ ਪ੍ਰਚਾਰ ਵੀ ਕਰਨਾ ਤੇ ਅੱਜ ਲੋਕ ਨਿੰਦਿਆ ਕਰ ਰਹੇ ਬਾਬਾ ਸ੍ਰੀ ਚੰਦ ਸਾਹਿਬ ਜੀ ਦੀ ਏਡੇ ਵੱਡੇ ਮਹਾਂਪੁਰਖ ਬ੍ਰਹਮ ਗਿਆਨੀ ਨਿੰਦਿਆ ਕਰ ਰਹੇ ਆ ਉਹ ਜੇ ਉਹ ਲੋਕ ਜਿਹੜੇ ਸੁਣੀ ਜਾਂਦੇ ਆ ਥੱਲੇ ਨੂੰ ਮੂੰਹ ਕਰਕੇ ਸਿਰ ਲਾਈ ਜਾਂਦੇ ਆ ਖਾਲਸਾ ਸਿਰ ਲਾਇਆ ਕੁਛ ਨਹੀਂ ਬਣਨਾ ਮਨ ਨੂੰ ਲਾਓ ਮਨ ਦੇ ਚਰਨਾਂ ਦੇ ਨਾਲ ਜੋੜੋ ਤੇ ਗੁਰੂ ਦੀ ਬਖਸ਼ਿਸ਼ ਹੋ ਗਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਅਸੀਂ ਜਦੋਂ ਛੋਟੇ ਹੁੰਦੇ ਹਾਂ ਇੱਥੇ ਪਟਿਆਲੇ ਵੀ ਮਹਾਂਪੁਰਖਾਂ ਨੇ ਦੁੱਖ ਨਿਵਾਰਨ ਕਥਾ ਕਰਨੀ ਨਾ ਅਸੀਂ ਪੋਥੀਆਂ ਪ੍ਰਕਾਸ਼ ਕਰਨੀਆਂ ਛੋਟੇ ਹੁੰਦੇ ਸਾਂ ਸਾਰੇ ਸਿੰਘ ਨਿਰਮਲੇ ਉਦਾਸੀਆਂ ਕਾਰ ਸੇਵਾ ਵਾਲੇ ਨਿਹੰਗ ਸਿੰਘ ਮਹਾਂਪੁਰਖ ਜਿੱਥੇ ਵੀ ਮਹਾਂਪੁਰਖਾਂ ਨੇ ਜਾਣਾ ਉਹਨਾਂ ਸੰਪਰਦਾਵਾਂ ਦਾ ਬੜਾ ਹੀ ਵੱਡਾ ਸਤਿਕਾਰ ਕਰਨਾ ਤੇ ਅੱਜ ਵੀ ਜਥਾ ਸਤਿਕਾਰ ਕਰ ਰਿਹਾ
ਇਹ ਗੁਰਸਿੱਖੋ ਇਹ ਸਿੱਖੀ ਦੀ ਇੱਕ ਫਲਵਾੜੀ ਹੈ, ਰੰਗ ਬਰੰਗੇ ਫੁੱਲ ਹੈ, ਇਹ ਬਖਸ਼ਿਸ਼ ਹੈ, ਇੱਥੇ ਅਸੀਂ ਆਨੰਦ ਮਾਣੀਏ, ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ। ਸੋ ਸਿੱਖੀ ਦਾ ਪ੍ਰਚਾਰ ਕਰ ਰਹੇ ਸੰਤ ਬਾਬਾ ਹਰਦੇਵ ਸਿੰਘ ਜੀ ਮਹਾਂਪੁਰਖ, ਕਿੰਨੇ ਪਿਆਰ ਵਾਲੇ ਸੰਤ ਮਹਾਤਮਾ। ਸਾਡਾ ਫਰਜ਼ ਬਣਦਾ ਹਰ ਤਰੀਕੇ ਨਾਲ ਇਹਨਾਂ ਮਹਾਂਪੁਰਖਾਂ ਦਾ ਸਹਿਯੋਗ ਦੇਣਾ, ਚੜ੍ਹਦੀ ਕਲਾ ਵਿੱਚ ਰਹਿਣਾ। ਸੋ ਜਿੰਨੀਆਂ ਵੀ ਸਿੱਖ ਸੰਪਰਦਾਵਾਂ ਨੇ ਸਾਰੀਆਂ ਇੱਕ ਮੁੱਠ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਸ਼ਤਾਬਦੀ ਆ ਰਹੀ ਹੈ। ਸੋ ਦਮਦਮੀ ਟਕਸਾਲ ਦੇ ਮੁਖੀ ਸ੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪ੍ਰਧਾਨ ਸੰਤ ਸਮਾਜ ਮਹਾਂਪੁਰਖਾਂ ਵੱਲੋਂ ਵੱਡਾ ਵੱਡਾ ਇੱਕ ਉਪਰਾਲਾ ਕੀਤਾ ਜਾ ਰਿਹਾ। ਜਿਸ ਤਰ੍ਹਾਂ ਪਹਿਲੋਂ ਕੁਝ ਕੁ ਸਾਲ ਗੁਰਦੁਆਰਾ ਦੂਖ ਨਿਵਾਰਨ ਪਟਿਆਲਾ ਸਾਹਿਬ ਵਿਖੇ ਇੱਕ ਪਾਠ ਬਹੁਤ ਸਮਾਗਮ ਕੀਤਾ ਗਿਆ ਸੀ, ਹੁਣ ਫਿਰ ਦੋ ਕੁ ਮਹੀਨਿਆਂ ਦੇ ਵਿੱਚ ਵਿੱਚ ਹੀ, ਦੋ ਢਾਈਆਂ ਮਹੀਨਿਆਂ ਦੇ ਵਿੱਚ ਵਿੱਚ ਹੀ ਮਹਾਂਪੁਰਖ ਕੋਸ਼ਿਸ਼ ਕਰ ਰਹੇ ਹੈ ਕਿ ਗੁਰਦੁਆਰਾ ਦੂਖ ਨਿਵਾਰਨ ਪਟਿਆਲਾ ਵਿਖੇ ਇੱਕ ਪਾਠ ਬੋਧ ਸਮਾਗਮ ਹੋਰ ਕੀਤਾ ਜਾਵੇ, ਜਿੱਥੇ ਹਰ ਇੱਕ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਮਹੀਨੇ ਵਿੱਚ ਸੰਥਿਆ ਕਰ ਸਕਦਾ, ਨਿਤਨੇਮ ਦੀ ਸੰਥਿਆ ਹੋਵੇਗੀ, ਗੁਰਬਾਣੀ ਦਾ ਨਿਤਨੇਮ ਹੋਵੇਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਕੂਲ ਸੰਥਿਆ ਹੋਵੇਗੀ। ਜਦੋਂ ਵੀ ਉਹ ਸਮਾਗਮ ਹੋਵੇਗਾ, ਬਾਬਾ ਜੀ ਨੂੰ ਬੇਨਤੀ ਕਰਾਂਗੇ, ਸਾਰੇ ਸਿੱਖ ਸੰਗਤਾਂ ਨੇ, ਹਰ ਇੱਕ ਮਾਈ ਭਾਈ ਨੇ ਔਰ ਸਮੇਂ ਸਿਰ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ, ਗੁਰੂ ਕਿਰਪਾ ਕਰੇ। ਸਾਡੇ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਧੂਰ ਗੋਵਾਲੇ ਮਹਾਂਪੁਰਖ, ਜਿਨ੍ਹਾਂ ਦੇ ਦਮਦਮੀ ਟਕਸਾਲ ਨਾਲ ਬੜਾ ਗੂੜਾ ਸੰਬੰਧ ਹੈ। ਮੈਨੂੰ ਯਾਦ ਆ ਗਿਆ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ ਹਨ, ਉਦੋਂ ਬਾਬਾ ਜੀ ਕੋਲੇ ਇੱਕ ਜੌਂਗਾ ਸੀ, ਜੌਂਗਾ ਬੜਿਆਂ ਲੋਕਾਂ ਨੇ ਵੱਡੀਆਂ ਵੱਡੀਆਂ ਜਿਹੜੀਆਂ ਗੱਡੀਆਂ ਲਿਆ ਕੇ ਲਾਈਆਂ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਸਾਡੀ ਗੱਡੀ ਵਿੱਚ ਬੈਠਣਗੇ, ਤੇ ਬਾਬਾ ਜੀ ਧੂਰਕੋਟ ਵਾਲੇ ਬਾਬਾ ਅਵਤਾਰ ਸਿੰਘ ਜੀ ਇਹਨਾਂ ਦਾ ਜੌਂਗਾ ਖੜਾ ਸੀ ਪਾਸੇ, ਤੇ ਸੰਤ ਬਾਬਾ ਜਰਨੈਲ ਸਿੰਘ ਨੇ ਆਵਾਜ਼ ਮਾਰੀ, ਸੰਤ ਜੀ ਬੇਨਤੀ ਆ, ਆਪਣਾ ਜੌਂਗਾ ਲਿਆਓ, ਗੱਡੀ ਲਿਆਓ। ਤੇ ਸੱਤ ਅੱਠ ਦਿਨ ਉਸ ਜੌਂਗੇ ਵਿੱਚ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਪ੍ਰਚਾਰ ਦੇ ਨਾਲ ਨਿਕਲਦੇ ਰਹੇ। ਏਡਾ ਵੱਡਾ ਪਿਆਰ, ਏਡਾ ਵੱਡਾ ਸਤਿਕਾਰ, ਗੁਰੂ ਕਿਰਪਾ ਕਰੇ, ਖੰਡੇ ਬਾਟ ਦਾ ਅੰਮ੍ਰਿਤ ਛਕੀਏ, ਤਿਆਰ ਪ੍ਰਤਿਆਰ ਹੋਈਏ, ਚੜ੍ਹਦੀ ਕਲਾ ਵਿੱਚ ਹੋਈਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜੋ ਸਾਨੂੰ ਹੁਕਮ ਕੀਤਾ, ਆਗਿਆ ਭਾਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰੀਏ, ਬਚਨ ਮੰਨੀਏ, ਆਵਹੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵਹ ਸੱਚੀ ਬਾਣੀ, ਬਾਣੀ ਤੇ ਬਾਣੀ ਦੇ ਧਾਰਨੀ ਹੋਈਏ। ਸੋ ਦਾਸ ਇੰਨੀਆਂ ਬੇਨਤੀਆਂ ਕਰਦਾ, ਖਿਮਾ ਦਾ ਜਾ ਚੁੱਕਾ, ਬੋਲਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ, ਖਿਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸ਼੍ਰੀਮਾਨ ਜਥੇਦਾਰ ਬਾਬਾ ਸੁਖਦੇਵ ਸਿੰਘ ਜੀ ਦਮਦਮੀ ਟਕਸਾਲ ਵਾਲੇ, ਜਿਨ੍ਹਾਂ ਨੇ ਆਪ ਜੀਆਂ ਨੂੰ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ 20ਵੀਂ ਸਦੀ ਦੇ ਮਹਾਨ ਜਰਨੈਲ, ਜਿਨ੍ਹਾਂ ਦੇ ਜੀਵਨ ਬਾਰੇ ਆਪ ਜੀ ਨੂੰ ਚਾਨਣਾ ਪਾਇਆ ਹੈ। ਸਾਡੇ ਵਿੱਚ ਸੰਤ ਬਾਬਾ ਜਗਜੀਤ ਸਿੰਘ ਜੀ ਨਾਨਕਸਰ ਗੁਰਨਾ ਕਲਾ ਵਾਲੇ ਪਹੁੰਚੇ ਹਨ, ਔਰ ਸਾਡੇ ਕੋਲ ਸਿੰਘ ਸਾਹਿਬ ਗਿਆਨੀ ਸਤਨਾਮ ਸਿੰਘ ਜੀ ਦਸ਼ਮੇਸ਼ ਤਰਨਾ ਦਲ